ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਕਾਨੂੰਨਾ ਖਿਲਾਫ ਲਾਇ ਦਿੱਲੀ ਮੋਰਚਾ ਦੇ 100 ਦਿਨ ਪੂਰੇ ਹੋਣ ਤੇ ਸਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਯਾਨੀ ਕਿ 6 ਮਾਰਚ ਨੂੰ ਦਿੱਲੀ ਨੂੰ ਚਫੇਰਿਓ ਘੇਰੇ ਦੇ ਕੁੰਡਲੀ ਮਾਨੇ ਸਰ ਪਲਵਲ ਐਕਸਪ੍ਰੈਸ ਵੀ ਅਤੇ ਕੁੰਡਲੀ ਗਾਜ਼ੀਆਬਾਦ ਪਲਵਲ ਇਹਨਾਂ ਸਭ ਬਾਰਡਰਾਂ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਜਾਮ ਕੀਤਾ ਜਾਵੇਗਾ ਮੋਰਚੇ ਵੱਲੋਂ ਇਹ ਦਿਨ ਕਾਲੇ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਕਿਸਾਨਾਂ ਵੱਲੋਂ ਘਰਾਂ ਦਫ਼ਤਰਾਂ ਅਤੇ ਸੰਸਥਾਵਾਂ ਤੇ ਕਾਲੇ ਝੰਡੇ ਚੁਲਾਏ ਜਾਣਗੇ ਮੋਰਚੇ ਵਿੱਚ ਸ਼ਾਵਲ ਲੋਕ ਕਾਲੀਆਂ ਪੱਟੀਆਂ ਬਣ ਕੇ ਕੇਂਦਰ ਸਰਕਾਰ ਖਿਲਾਫ ਰੋਸ ਜ਼ਾਹਰ ਕਰਨਗੇ ਕਿਸਾਨ ਆਗੂਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਮ ਨੂੰ ਸਫਲ ਬਣਾਉਣ ਚ ਸਹਿਯੋਗ ਦੇਣ ਅਤੇ ਕਿਸੇ ਵੀ ਖੱਜਲਖੁਆਰੀ ਤੋਂ ਬਚਣ ਲਈ ਇਸ ਰੂਟ ਤੇ ਆਉਣ ਤੋਂ ਗੁਰੇਜ਼ ਕਰਨ ਆਗੂਆਂ ਨੇ ਕਿਹਾ ਕਿ ਜਾਮ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਪੂਰੀ ਖੁੱਲ ਰਹਿਗੀ ਕਿਸਾਨ ਜਥੇਬੰਦੀਆਂ ਦੀ ਨੁਮਾਇੰਦੀ ਕਰਦੇ ਸਯੁਕਤ ਕਿਸਾਨ ਮੋਰਚੇ ਦੀ ਕਮੇਟੀ ਦੇ ਮੈਂਬਰ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਉਹਨਾਂ ਨੂੰ ਭਰੋਸਾ ਕਿ ਕਿਸਾਨ ਆंदोलਨ ਨਾਲ ਸਰਕਾਰ ਉੱਪਰ ਕਿਸਾਨੀ ਮੰਗਾ ਮੰਨ ਲਈ ਦਬਾਅ ਬਣੇਗਾ ਅਤੇ ਮੋਦੀ ਸਰਕਾਰ ਹੋਰ ਕਮਜ਼ੋਰ ਹੋਵੇਗੀ ਕੇਂਦਰ ਸਰਕਾਰ ਨੂੰ ਜ਼ਿੱਦ ਛੱਡ ਕੇ ਸੰਯੁਕਤ ਕਿਸਾਨ ਮੋਰਚੇ ਨਾਲ ਮੁਰ ਗੱਲਬਾਤ ਕਰਨੀ ਪੈਗੀ ਅਗਲੇ ਦਿਨਾਂ ਦੌਰਾਨ ਮੌਸਮੀ ਤਬਦੀਲੀ ਦੇ ਮੱਦੇ ਨਜ਼ਰ ਉਹਨਾਂ ਕਿਹਾ ਕਿ ਗਰਮੀ ਵਿੱਚ ਵੀ ਕਿਸਾਨ ਕੜਾਕੀ ਦੀ ਠੰਡ ਵਾਂਗ ਮੋਰਚੇ ਵਿੱਚ ਡਟੇ ਰਹਿਣ ਲਈ ਡਰੇੜੇ ਸੰਕਲਪ ਨੇ ਉਹਨਾਂ ਕਿਹਾ ਕਿ ਇਹ ਤਿੰਨੋਂ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਾਰੰਟ ਹੈ ਕਿਉਂਕਿ ਮੋਦੀ ਸਰਕਾਰ ਦੇਸ਼ ਦੇ ਮੰਡੀ ਪ੍ਰਬੰਧ ਵਿੱਚ ਕਾਰਪੋਰੇਟਾਂ ਨੂੰ ਦਾਖਲ ਕਰ ਰਹੀ ਹੈ ਜੋ ਕਿਸਾਨਾਂ ਲਈ ਘਾਤਕ ਹੈ ਉਨਾ ਦੱਸਿਆ ਕਿ ਦਿੱਲੀ ਨੂੰ ਦੋਵਾਂ ਪਾਸਿਓਂ ਘੇਰਦੀ ਐਕਸਪ੍ਰੈਸ ਵੇ ਉੱਪਰ ਪੈਂਦੇ ਟੋਲ ਪਲਾਜ਼ੇ ਜਾਮ ਦੇ ਅਰਸੇ ਦੌਰਾਨ ਪਰਚੀ ਮੁਕਤ ਰਹਿਣਗੇ ਪਿਛਲੇ ਸਾਲ 26 ਨਵੰਬਰ ਦੀ ਸ਼ਾਮ ਨੂੰ ਪੰਜਾਬ ਅਤੇ ਹਰਿਆਣਾ ਤੋਂ ਹਜ਼ਾਰਾਂ ਕਿਸਾਨਾਂ ਨੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਅਤੇ ਸਹਿਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਹੋਰ ਯੂਨੀਅਨਾਂ ਨੇ ਪਹਿਲਾਂ ਸਿੰਘੂ ਬਾਰਡਰ ਅਤੇ ਫਿਰ ਟਿਕਰੀ ਤੇ ਗਾਜ਼ੀਪੁਰ ਦੀਆਂ ਹੱਦਾਂ ਉੱਪਰ ਦਸਤਕ ਦਿੱਤੀ ਸੀ ਕੋਮੀ ਰਾਸ਼ਤਾ ਨੇ ਵਿੱਚ ਦਾਖਲ ਨਾ ਹੋਣ ਦੇ ਮਗਰੋਂ ਕਿਸਾਨਾਂ ਨੇ ਇਹਨਾਂ ਬਾਰਡਰਾਂ ਸਮੇਤ ਪਲਵਲ ਬਾਰਡਰ ਉੱਪਰ ਪੱਕੇ ਮੋਰਚੇ ਲਾ ਰੱਖੇ ਨੇ ਹੁਣ ਅਜ ਦੇ ਦਿਨ ਕਿਸਾਨਾਂ ਦਾ ਇਹ ਰੋਸ ਪ੍ਰਦਰਸ਼ਨ ਸ਼ਾਂਤੀ ਮੁਕਤ ਹੋ ਕੇ ਨਿਬੜੇਗਾ ਜਾਂ ਫਿਰ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਹੋਰ ਅਪਡੇਟਸ ਦੇ ਜੁੜੇ ਰਹੋ ਚਰਦੀਕਲਾ ਐਮਟੀਵੀ ਦੇ ਨਾਲ